ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਤੁਹਾਡਾ? ਤੁਹਾਡਾ ਸਵਾਗਤ ਹੈ ਮੇਰੇ ਚੈਨਲ ਕਰਨਵੀਰ ਸਾਈਕਲਿਸਟ ਦੇ। ਦੋਸਤੋ, ਅੱਜ 23 ਜਨਵਰੀ ਹੋ ਚੁੱਕੀ ਹੈ। ਵਰਿੰਦਾਵਾਦ ਤੋਂ 10 ਕਿਲੋਮੀਟਰ ਅੱਗੇ ਆ ਚੁੱਕਿਆ ਮੈਂ, ਅਤੇ ਮੀਂਹ ਹੁਣੀ ਬੰਦ ਹੋਇਆ ਹਲਕਾ। ਪਿੱਛੇ ਤੁਸੀਂ ਦੇਖ ਸਕਦੇ, ਇੱਥੇ ਮੈਂ ਹੁਣ ਕੌਫੀ ਪੀਣ ਲੱਗਿਆ। ਸਵੇਰ ਦੇ 7:30 ਦਾ ਸਮਾਂ ਹੋ ਚੱਲਿਆ। ਕੱਲ੍ਹ ਵਰਿੰਦਾਵਾਦ ਦੇ ਵਿੱਚ 22 ਜਨਵਰੀ ਨੂੰ ਜਨਮਦਿਨ ਮਨਾਇਆ, ਉੱਥੇ ਰੁਕਿਆ ਸੀ। ਬਹੁਤ ਵਧੀਆ ਲੱਗਿਆ ਮੈਨੂੰ, ਬਹੁਤ ਵਧੀਆ ਮੰਦਰ ਹੈ ਅਤੇ ਕ੍ਰਿਸ਼ਨ ਜੀ ਦਾ ਜਿੱਥੇ ਜਨਮ ਹੋਇਆ ਉਸ ਜਗ੍ਹਾ 'ਤੇ, ਬੜਾ ਅੱਛਾ ਲੱਗਿਆ ਮੈਨੂੰ। ਬਹੁਤ ਅੱਛੇ ਲੋਕ ਸੀ। ਪੰਜਾਬ ਦੇ ਲੋਕ ਬਹੁਤ ਆਉਂਦੇ ਆ, ਜਿਹੜੇ ਆਪਣੇ ਪੰਜਾਬ ਦੇ ਵਿੱਚ ਆਪਣੇ ਹਿੰਦੂ ਭਰਾ ਰਹਿੰਦੇ ਆ, ਉਹ ਬਹੁਤ ਮਿਲੇ ਆ ਗੁਰਦਾਸਪੁਰ ਤੋਂ, ਹੁਸ਼ਿਆਰਪੁਰ ਤੋਂ, ਜਲੰਧਰ ਤੋਂ ਕੱਲ੍ਹ, ਅਤੇ ਬੜਾ ਵਧੀਆ ਦਿਲ ਲੱਗਿਆ। ਅਤੇ ਅੱਜ ਸਨੀ ਜੀਜਾ ਜੀ ਆਸਟ੍ਰੇਲੀਆ ਤੋਂ, ਉਹਨਾਂ ਦਾ ਜਨਮਦਿਨ ਹੈ। ਕੱਲ੍ਹ ਮੇਰਾ ਸੀ, ਅੱਜ ਜੀਜਾ ਜੀ ਦਾ ਹੈ। ਜੀਜਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜਨਮਦਿਨ ਦੀਆਂ, ਉਹਨਾਂ ਦੇ ਪਰਿਵਾਰ ਨੂੰ, ਮੰਮੀ ਡੈਡੀ ਨੂੰ, ਭਾਈ ਭੈਣ ਨੂੰ, ਸਾਰਿਆਂ ਨੂੰ ਜਨਮਦਿਨ ਦੀਆਂ ਮੁਬਾਰਕਾਂ ਜੀਜਾ ਜੀ। ਅਤੇ ਜੀਜਾ ਜੀ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ, ਲੰਬੀ ਉਮਰ ਬਖਸ਼ੇ, ਹਰ ਇੱਕ ਮਨੋਕਾਮਨਾ ਪੂਰੀਆਂ ਹੋਵੇ। ਅਤੇ ਬਾਕੀ ਸਭ ਦਾ ਜੀ ਮੈਂ ਵਧੀਆ ਪ੍ਰੇ ਕਰਦਾ ਵੀ ਸਭ ਵਧੀਆ ਰਹੇ, ਪੰਜਾਬ ਇੱਕ ਵਾਰ ਫਿਰ ਸੋਨੇ ਚਿੜੀ, ਅਤੇ ਫਿਰ ਉੱਦਾਂ ਹੀ ਪਿਆਰ ਮੁਹੱਬਤ ਪੰਜਾਬ 'ਚ ਹੋ ਜਾਏ, ਤਾਂ ਪੰਜਾਬ ਫਿਰ ਉੱਦਾਂ ਦਾ ਬਣ ਜਾਵੇ ਤਾਂ ਸਵਾਦ ਹੀ ਆਉਣਾ। ਮੈਨੂੰ ਉਮੀਦ ਹੈ ਵੀ ਆਉਣ ਵਾਲੇ ਕੁਛ ਸਾਲਾਂ ਤੱਕ ਪੰਜਾਬ ਦੇ ਵਿੱਚ ਬਦਲਾਵ ਹੋਊਗਾ, ਪਿਆਰ ਮੁਹੱਬਤ ਫਿਰ ਆਉਣਗੇ, ਫਿਰ ਇੱਕ ਵਾਰ ਰਿਸ਼ਤੇਦਾਰ ਇੱਕ ਦੂਜੇ ਨਾਲ ਬੈਠਣਗੇ। ਕਿਉਂਕਿ ਅੱਜ ਦੇ ਮਾਹੌਲ ਦੇ ਵਿੱਚ ਜਿਹੜਾ ਕਿ ਦੇਖਿਆ ਵੀ ਲੋਕਾਂ ਦੇ ਵਿੱਚ ਪਿਆਰ ਘੱਟ ਗਿਆ, ਉਹ ਪਿਆਰ ਇੱਕ ਕਰਨਾ ਪੈਣਾ, ਸੋਚ ਇੱਕ ਕਰਨੀ ਪੈਣੀ ਹੈ, ਸਾਫ਼ ਸਫਾਈ ਰੱਖਣੀ ਪੈਣੀ ਹੈ, ਸਭ ਨੂੰ ਇੱਕ ਰਸਤੇ ਚੱਲਣਾ ਪੈਣਾ, ਇਹ ਹੋਣਾ, ਇਹ ਕਰਨਾ ਪੈਣਾ। ਅਤੇ ਤੁਸੀਂ ਸਾਰੇ ਮੇਰੇ ਭੈਣ ਭਰਾ, ਮੈਨੂੰ ਪਤਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਆਪਣੀ ਹੈਲਥ ਵੀ ਬੈਸਟ ਰੱਖਣਗੇ, ਅਤੇ ਆਪਣੇ ਬੱਚੇ ਆ ਜਿਹੜੇ ਅੱਗੇ ਉਹਨਾਂ ਦਾ ਫਿਊਚਰ ਵੀ, ਅਤੇ ਉਹਨਾਂ ਨੂੰ ਸਹੀ ਰਸਤੇ ਪਾਉਣਗੇ। ਬਾਕੀ ਮਿਲਦੇ ਜੀ ਅੱਗੇ, ਬਣੇ ਰਹੋ ਤੁਸੀਂ। ਦੋਸਤੋ, ਅੱਜ ਦਾ 50 ਕਿਲੋਮੀਟਰ ਹੋ ਚੁੱਕਿਆ ਹੈ। ਇੱਥੋਂ ਪੂਰਾ ਆਗਰਾ 18 ਕਿਲੋਮੀਟਰ ਰਹਿ ਚੁੱਕਿਆ, ਅਤੇ ਬਹੁਤ ਨੇੜੇ ਆ ਹੁਣ ਆਗਰਾ। ਆਗਰੇ ਤੋਂ ਬਾਅਦ 120 ਕਿਲੋਮੀਟਰ ਰੈਡ ਹੋਰ ਰਹਿ ਰਹੀ ਆ, ਜਿਹੜਾ ਕਿ ਅੱਗੇ ਜਾਣਾ ਕਾਫੀ ਅੱਗੇ। ਆਗਰੇ ਤੋਂ ਦੋਸਤੋ ਜੈਪੁਰ ਆ ਜਿਹੜਾ 250-300 ਕਿਲੋਮੀਟਰ ਹੈ, ਜੇ ਮੈਂ ਸਿੱਧਾ ਜਾਵਾਂ ਤਾਂ ਰਾਜਸਥਾਨ ਪਹੁੰਚ ਸਕਦਾ, ਪਰ ਪਰ ਹਜੇ MP ਰਹਿੰਦਾ ਹੈ। MP ਤੋਂ ਬਾਅਦ ਫਿਰ ਰਾਜਸਥਾਨ ਆਉਣਾ, ਇੱਕ ਵਾਰ ਫਿਰ ਰੂਟ ਸਹੀ ਹੋਣਾ ਸਾਰਾ। ਬਾਕੀ ਮੌਸਮ ਧੁੱਪ ਵਾਲਾ ਨਹੀਂ ਹੈ, ਰਾਤੀ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ, ਹੁਣ ਠੀਕ ਹੈ। ਬਾਕੀ ਬਣੇ ਰਹੋ ਜੀ, ਮਿਲਦੇ ਅੱਗੇ ਫਿਰ। ਦੋਸਤੋ, ਅੱਜ ਦੀ ਰਾਈਡ ਦਾ 100 ਕਿਲੋਮੀਟਰ ਹੋ ਚੁੱਕਿਆ, ਅਤੇ ਆਗਰਾ ਤੇ ਕਾਫੀ ਅੱਗੇ ਆ ਚੁੱਕਿਆ ਮੈਂ। ਮੌਸਮ ਖਰਾਬ ਹੋ ਰਿਹਾ ਲੱਗ ਰਿਹਾ ਮੈਨੂੰ, ਬਸ ਉਮੀਦ ਇਹ ਆ ਵੀ ਮੀਂਹ ਨਾ ਪਵੇ, ਕਿਉਂਕਿ ਰਾਈਡ ਸਹੀ ਸਲਾਮਤ ਹੋ ਜਾਣ, ਕਿਉਂਕਿ ਅੱਜ ਜਿਹੜੀ ਰਾਈਡ ਆ ਅੱਜ ਦੀ ਪੂਰੀ ਕੰਪਲੀਟ ਕਰਨੀ ਬਹੁਤ ਜ਼ਰੂਰੀ ਹੈ। ਬਾਕੀ ਤਾਜ ਮਹਿਲ ਵੀ ਆਉਣੇ ਵਾਲਾ, 5-6 ਕਿਲੋਮੀਟਰ ਰਹਿ ਗਿਆ, ਜਾਣ ਦਾ ਸਮਾਂ ਤਾਂ ਮਿਲਣਾ ਨਹੀਂ ਹੈ, ਬਟ ਮੈਨੂੰ ਆਪਣੀ ਰਾਈਡ ਜਾਰੀ ਰੱਖਣੀ ਪੈਣੀ ਹੈ, ਕਿਉਂਕਿ ਹੁਣ ਘੁੰਮਣ ਘੁੰਮਾਉਣ ਸਮਾਂ ਬਿਲਕੁਲ ਨਹੀਂ ਹੈ। ਅਤੇ ਬਾਕੀ ਬਣੇ ਰਹੋ ਜੀ, ਮਿਲਦੇ ਫਿਰ ਅੱਗੇ। ਦੋਸਤੋ, ਮੈਂ ਪਹੁੰਚ ਚੁੱਕਿਆ ਸੀ, ਜਾਣਾ ਸੀ ਅੱਗੇ ਮੈਂ। ਬਾਹ ਸ਼ਹਿਰ ਆ, UP ਦਾ ਇੱਕ ਛੋਟਾ ਜਿਹਾ ਸ਼ਹਿਰ ਆ, ਜਿੱਥੇ ਮੈਂ ਰੁਕਿਆ ਮੈਰੀ ਪੈਲਿਸ ਆ ਇੱਥੇ, ਅਤੇ ਇੱਕ ਇੱਧਰਲੀ ਸਾਈਡ ਪੈਲਸ ਆ, ਇੱਕ ਇੱਧਰਲੀ ਸਾਈਡ ਆ, ਅਤੇ ਜਿਹੜਾ ਹੋਟਲ ਦਾ ਜਿਹੜਾ ਓਨਰ ਆ ਮੈਰਿਜ ਪੈਲਸ ਦਾ, ਉਸਨੇ ਕਮਰਾ ਦਿੱਤਾ ਹੈ, ਕਮਰਾ ਵਧੀਆ ਹੈ, ਸਾਫ਼ ਸੁਥਰਾ। ਅਤੇ ਮੈਨੂੰ ਸ਼ਹਿਰ 1.5 ਕਿਲੋਮੀਟਰ ਅੱਗੇ, 1.5 ਕਿਲੋਮੀਟਰ, ਉਹ ਤੋਂ ਬਾਅਦ ਫਿਰ ਮੈਨੂੰ ਵਾਪਸ ਆਉਣਾ ਪਿਆ ਪਿੱਛੇ, ਕਿਉਂਕਿ ਇੱਥੇ ਹੀ ਕਮਰਾ ਮਿਲਿਆ ਅਤੇ ਇੱਥੇ ਹੀ ਰੁਕਣਾ ਪਿਆ ਅੱਜ ਮੈਨੂੰ। ਅਤੇ ਵਧੀਆ, ਕੱਲ੍ਹ ਦੀ ਜਿਹੜੀ ਰਾਈਡ ਆ, ਕੱਲ੍ਹ ਨੂੰ 170 ਦੇ ਕਰੀਬ ਰਾਈਡ ਕਰਨੀ ਹੈ, ਕਿਉਂਕਿ ਹੁਣ 170 ਦੇ ਕਰੀਬ ਕਰਨੀ ਪੈਣੀ ਹੈ, ਕਿ 15,000 ਤੋਂ ਉੱਪਰ ਕਰੋਸ ਕਰਨਾ ਹੈ। ਅਤੇ ਕੋਸ਼ਿਸ਼ ਇਹੀ ਆ ਵੀ ਫਟਾਫਟ ਕਰਕੇ ਫ੍ਰੀ ਹੋ ਕੇ ਵਾਪਸ ਆਪਣੇ ਜਿਹੜਾ ਕਿ MP ਤੋਂ ਰਾਜਸਥਾਨ ਹੁੰਦਾ ਹੋਇਆ ਫਿਰ ਦਿੱਲੀ ਪਹੁੰਚਾਂ। ਅਤੇ ਤੁਸੀਂ ਇੱਦਾਂ ਹੀ ਮੇਰੇ ਨਾਲ ਮੇਰੇ ਚੈਨਲ ਕਰਮਵੀਰ ਸਾਈਕਲਿਸਟ 'ਤੇ ਬਣੇ ਰਹੋ, ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਵੀਡੀਓ, ਹਰ ਇੱਕ ਅਪਡੇਟ ਮੈਂ ਦਿੰਦਾ ਰਹਾਂਗਾ।
ਇੱਦਾਂ ਹੀ ਪਿਆਰ ਦਿੰਦੇ ਰਹੋ ਜੀ, ਆਪਣੇ ਆਸੇ ਪਾਸੇ ਸਾਫ਼ ਸਫਾਈ ਜ਼ਰੂਰ ਰੱਖਿਓ। ਅਤੇ ਇੱਕ ਹੋਰ ਅਪੀਲ ਕਰਦੀ ਹਾਂ ਜੀ, ਇੱਕ ਹਫ਼ਤੇ ਦੇ ਵਿੱਚ ਇੱਕ ਵਾਰ ਸਾਈਕਲ ਰਾਈਡ ਜ਼ਰੂਰ ਕਰਿਆ ਕਰੋ ਸਾਰੇ ਇਕੱਠੇ ਹੋ ਕੇ, ਮੁੰਡੇ ਕੁੜੀਆਂ ਪਿੰਡ ਦੇ, ਭਾਵੇਂ ਬਜ਼ੁਰਗ ਆ ਭਾਵੇਂ ਕੋਈ ਵੀ ਆ, ਤਾਂ ਸਾਈਕਲ ਇਕੱਠੇ ਹੋ ਕੇ ਚਲਾਇਆ ਕਰੋ ਇੱਕ ਵਾਰ, ਪਤਾ ਲੱਗੇ ਸਰਕਾਰਾਂ ਨੂੰ ਵੀ ਜਾਂ ਆਉਣ ਵਾਲੇ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਵੀ ਹਾਂ ਵੀ ਲੋਕ ਸਾਈਕਲ ਦੇ ਵੀ ਸ਼ੌਕੀਨ ਹੈ, ਇੰਟਰਸਟ ਹੈ। ਕਿਉਂਕਿ ਆਉਣ ਵਾਲਾ ਸਮਾਂ ਪੱਕਾ ਦਾਅਵਾ ਮੈਂ ਕਰਕੇ ਕਹਿ ਰਿਹਾ ਤੁਹਾਨੂੰ, ਸਾਈਕਲ ਦਾ ਹੋਊਗਾ, ਸਾਈਕਲ ਇੱਕ ਵਾਰ ਫਿਰ ਚੱਲੂਗੇ ਹਰ ਘਰ ਦੇ ਵਿੱਚ, ਹਰ ਇੱਕ ਮੈਂਬਰ, ਹਰ ਇੱਕ 5 ਮੈਂਬਰ ਦਾ 5 ਸਾਈਕਲ ਚਲਾਉਣਗੇ, ਇਹ ਸਮਾਂ ਆਊਗਾ, ਇਹ ਤੁਸੀਂ ਲਿਖ ਕੇ ਪੱਕਾ ਦਾਅਵੇ ਨਾਲ ਕਹਿ ਰਿਹਾ ਮੈਂ। ਅਤੇ ਬਾਕੀ ਤੁਹਾਨੂੰ ਮਿਲਦਾ ਮੈਂ, ਤੁਸੀਂ ਬਣੇ ਰਹੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਪਾਣੀ ਉੱਚਿਆਂ ਵੱਲ ਵੀ ਵਗਦੇ ਨੇ, ਉਹ ਝੂਠ ਦੀ